बिस्मिल्लाहिर्रहमानिर्रहीम, अस्सलाम वालेकुम। जैसे कि आप मुझे जानते हैं, मैं हूँ आहद यू। वेलकम टू माय न्यू व्लॉग। आज का व्लॉग करते हैं स्टार्ट। जिवें तुहानू पता ही सारे के वाढ़ी करते पे, असां उहदी वजह तों कोई व्लॉग नहीं आ सकिया। मैं महीना पूरा ही हो गया कोई व्लॉग नहीं आया भाई। सारयां तों पहलां तां माजरत कि व्लॉग नहीं आ सके, ते हुण कनैक्शन वाढ़ के वाढ़ी शाढ़ी करके ऐन वेले हो गए। लोगों ने कणकां वी कढ लईआं, गंदम अपने घर लैण दी है। ਤੇ ਹੁਣ ਕੁਛ ਦਾਣੇ ਅਸੀਂ ਲੈਂਦੇ ਸਨ, ਕੁਛ ਰਹਿੰਦੇ ਨੇ। ਤੇ ਹੁਣ ਚੱਲਦੇ ਹਾਂ ਪਿੰਡ, ਘਰ 'ਚੋਂ ਦਾਣੇ ਲੈਣੇ ਨੇ ਅਜੇ ਕਣਕ ਵੱਢੀ ਉਹਨਾਂ ਦੀ, ਉਹ ਲੈ ਕੇ ਆਉਣਾ, ਫਿਰ ਆਣ ਕੇ ਅੱਗੇ ਦਾ ਹਿਸਾਬ ਤਾਂ ਤੁਹਾਨੂੰ ਦੱਸਾਂਗੇ। ਦਾਣੇ ਸ਼ਾਣੇ ਲਿਆ ਕੇ ਵਿਹਲੇ ਹਾਂ ਜੀ, ਅਤੇ ਹੁਣ ਅਲਹਮਦੁਲਿਲਾ ਇਨਸ਼ਾਅੱਲਾ ਰੋਜ਼ ਵਲੋਗ ਡੇਲੀ ਆਣ ਕਰਨਗੇ। ਟੈਨਸ਼ਨ ਨਹੀਂ ਲੈਣੀ, ਬਕਾਇਆ ਪਿਛਾਂ ਜੋ ਵੀ ਉਹਦੇ ਵਾਸਤੇ ਮਾਜ਼ਰਤ। ਚਲੋ ਜੀ ਹੁਣ ਚੱਲਦੇ ਹਾਂ ਘਰ, ਘਰੋਂ ਚੱਲ ਕੇ ਥੇਲੇ ਲੈਂਦੇ ਹਾਂ, ਫਿਰ ਚੱਲਦੇ ਹਾਂ ਜੀ ਦਾਣੇ ਲੈਣ। ਮਾਸ਼ਾਅੱਲਾ ਚੈੱਕ ਕਰੋ ਕਿੰਨੇ ਨੇ ਖਰਗੋਸ਼ ਹੋ ਗਏ ਨੇ, ਕੁਛ ਆ ਵੱਡੇ ਵੱਡੇ ਨੇ, ਬਕਾਇਆ ਇੱਧਰ ਛੋਟੇ ਛੋਟੇ ਆ ਫਿਰਦੇ ਪਏ ਨੇ ਜੀ। ਉਏ ਮਾਸ਼ਾਅੱਲਾ, ਛੋਟੇ ਛੋਟੇ ਕਿੰਨੇ ਪਿਆਰੇ ਲੱਗਦੇ ਨੇ, ਆਹ ਸਾਰਿਆਂ ਨੂੰ ਜ਼ਿਆਦਾ ਪਿਆਰਾ। ਇਕੱਠਾ ਜਾ ਇੱਧਰ ਚੈੱਕ ਕਰੋ ਜੀ, ਜਵਾਨ ਨੂੰ ਨੀਂਦ ਆਉਣ ਡੀ, ਫੀਡਰ ਯੋਰੋ ਯੂਰਪੀ ਵੀ ਜਾ ਰਿਹਾ। ਭਾਜੀ ਭਾਜੀ ਜਦੋਂ ਮੜ ਕੇ ਲਾ ਲਓ ਜੀ, ਉਦੋਂ ਯੋਰੋ ਯੋਰ ਫੀਡਰ ਵਾਲਾ ਆਪਣਾ ਧਿਆਨ ਹੈ। ਥੇਲੇ ਲੈ ਲੈਣੇ, ਹੁਣ ਚੱਲਦੇ ਜੀ ਦਾਣੇ ਲੈਣ। ਅਤੇ ਇੱਧਰ ਜਵਾਨ ਦੀ ਤਬੀਅਤ ਹੋਈ ਹੈ ਜੀ ਖਰਾਬ। ਸੁਣਾਓ ਜੀ, ਸੁਣਾਓ ਜੀ, ਸਾਰੀ ਯੂਟਿਊਬ ਫੈਮਿਲੀ ਨੂੰ। ਰਕਸ਼ਾ ਇੱਧਰ ਆ ਗਿਆ ਜੀ। ਭਾਜੀ ਇਸ ਵਾਸਤੇ ਮਾਜ਼ਰਤ ਕਿਉਂਕਿ ਇੱਕ ਤਾਂ ਪਹਿਲਾਂ ਅਲਹਮਦੁਲਿਲਾ ਰਮਜ਼ਾਨ ਸ਼ਰੀਫ ਦਾ ਮਹੀਨੇ ਦੇ ਰੋਜ਼ੇ ਰੱਖਦੇ ਰਹੇ ਹਾਂ, ਅਤੇ ਉਸ ਕਰਕੇ ਵੀ ਲੋਕ ਛੱਡ ਰਹੇ ਨੇ। ਉਸ ਤੋਂ ਬਾਅਦ ਫਿਰ ਵਾਢੀਆਂ ਗਈਆਂ, ਵਾਢੀਆਂ 4 ਦਿਨ ਛੁੱਟੀ ਚੰਗੀ ਲਾ ਲਈ, ਅਤੇ ਉਸ ਤੋਂ ਬਾਅਦ ਨਾ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਅਤੇ ਅਲਹਮਦੁਲਿਲਾ ਜਿਹੜਾ ਨਾ ਹੁਣ ਇਨਸ਼ਾਅੱਲਾ ਰੋਜ਼ ਵਲੋਗ ਆਉਣ ਕਰਨਗੇ। ਡੇਰੇ ਤਾਂ ਅਸੀਂ ਆ ਗਏ ਜੀ, ਅਤੇ ਹੁਣ ਕਰਨੇ ਆ ਕਾਲ। ਕਿੱਥੇ ਭਾਈ? ਹਾਂਜੀ ਚਲੋ ਆ ਜਾਓ ਜੀ, ਚੈੱਕ ਕਰੋ ਆਉਂਦੇ ਆ ਸਾਰੇ। ਉਹ ਧੁੱਪੇ ਜੇ ਧੁੱਪੇ ਜੇ ਚਾਹ ਚਾਹ ਨਾ ਧੁੱਪੇ ਸਾੜਨਾ ਜਾਏ, ਉਹ ਛਾਵੇਂ ਬੋ। ਬਾਕੀ ਅਲਹਮਦੁਲਿਲਾ ਜੀ, ਇਸ ਵਾਰੀ ਅਸੀਂ ਤਕਰੀਬਨ 40-45 ਮਨ ਦਾਣੇ ਬਣਾ ਲਏ ਨੇ ਸ਼ੁਕਰ ਅੱਲਾ ਦਾ। ਅੱਧੇ ਪਿਛੇ ਜਿਹੜੇ ਨਾ ਘਰ ਲੈ ਗਏ ਆ, ਅਤੇ 9 ਮਣ ਇੱਕੋ ਖੜਨੇ ਨੇ, ਕੋਈ 10-12 ਮਣ ਜਿਹੜੇ ਨਾ ਇੱਕ ਜਗ੍ਹਾ 'ਤੇ ਹੋਰ ਲੈਣੇ ਨੇ, ਕਰ ਕਰਾ ਕੇ ਜਿਹੜੇ ਨਾ ਪੂਰੇ ਹੋ ਜਾਣੇ। ਸਾਲ ਭਾਵੇਂ ਹੈਣਾ ਕਬੂਤਰ ਖਾਣ ਵੀ ਨਾ ਤਾਂ ਨਹੀਂ ਮੁੱਕਦੇ। ਪਰਲੀ ਸਾਈਡ 'ਤੇ ਡੰਗਰ ਡੂੰਗਰ ਨੇ, ਬਾਕੀ ਆ ਚੈੱਕ ਕਰੋ ਮਾਸ਼ਾਅੱਲਾ ਬੈਂਡ ਨੂੰ ਸੈਟਅਪ ਬਣਾਇਆ ਜੀ। ਇੱਧਰ ਆਇਆ ਸੈਟਅਪ ਸਾਰਾ ਚੈੱਕ ਕਰੋ, ਬਹੁਤ ਹੀ ਪਿਆਰਾ। ਕਬੂਤਰਾਂ ਦਾ ਨਾਮ ਮੈਂ ਤਾਂ ਵਾਸਤੇ ਲਿਆ ਕਿਉਂਕਿ ਤੁਹਾਨੂੰ ਪਤਾ ਮੈਂ ਕਬੂਤਰ ਰੱਖੇ ਨੇ, ਜਦੋਂ ਦਾਣੇ ਦਾਣੇ ਪਾਉਂਦੇ ਤਾਂ ਅੰਮੀ ਜੀ ਗੁੱਸੇ ਹੁੰਦੇ ਨੇ, ਸਾਰੇ ਇਹਨਾਂ ਨੂੰ ਖਵਾ ਦਿਓ ਅਸੀਂ ਕੀ ਖਾਣਾ। ਐਤਕੀ ਤਾਂ ਤਕਰੀਬਨ ਜਿਹੜਾ ਨਾ 40-45 ਮਨ ਬਣ ਗਏ ਨੇ ਹੁਣ, ਤਾਂ ਮੈਨੇ ਆਖਣਾ ਹੀ ਨਹੀਂ ਨਾ, ਕਿਉਂਕਿ ਸਾਡੇ ਨਾ 25 ਮਨ 26 ਮਨ ਹੱਦ ਤੋਂ ਹੱਦ 28 ਮਨ 30 ਮਨ ਦਾਣੇ ਨਹੀਂ ਲੱਗਦੇ ਸਾਲ 'ਚ ਜਿਹੜੇ ਅਸੀਂ ਖਾਣੇ ਉਤਲੇ ਕਬੂਤਰਾਂ ਦੇ ਹੀ ਨੇ। ਬਾਕੀ ਉਸ ਤੜ ਕੇ ਦਰਾ ਚੈੱਕ ਕਰੋ, ਸਵੀਮਿੰਗ ਪੂਲ ਬਣਾਇਆ ਸੀ ਉਹਨਾਂ ਨਹਾਉਣ ਵਾਸਤੇ, ਫਿਲਹਾਲ ਤਾਂ ਸੁੱਕਿਆ ਪਿਆ ਜੇ। ਜਦੋਂ ਨਵਾਂ ਨਵਾਂ ਡੇਰੇਦਾਰੀ ਬਣਾਈ ਸੀ ਨਾ, ਉਦੋਂ ਬੜਾ ਪਿਆਰਾ ਸੈਟ ਸੀ, ਹਰ ਚੀਜ਼ ਯਾਨੀ ਟੈਲਾ ਟੂਲਾ ਨਵੀਆਂ ਸੀ, ਹੁਣ ਟੈਰਾਂ ਦੇ ਵਿੱਚ ਚੈੱਕ ਕਰੋ, ਜੰਗ ਜਿਹਾ ਲੱਗਿਆ ਇੱਧਰ ਆ ਛੋਟੇ ਬੱਚਿਆਂ ਵਾਸਤੇ ਸੀ, ਹਰਿਆਲੀਆਂ ਚੈੱਕ ਕਰੋ। ਡੇਰੇਦਾਰੀ ਯਾਨੀ ਕਿ ਮਹਿਮਾਨ ਆ ਗਏ ਬਿਠਾਣੇ ਅੰਦਰੋਂ, ਤੁਹਾਨੂੰ ਸੈਟ ਵਿਖਾ ਦਿੱਤਾ, ਬਾਹਰੋਂ ਚੈੱਕ ਕਰ ਲਓ। ਬਾਕੀ ਜਿਹੜਾ ਨਾ ਦਾਣੇ ਛਾਣੇ, ਟਰੈਕਟਰ ਟਰੂਕਟਰ ਜਿਹੜੀਆਂ ਟਰਾਲੀਆਂ ਛਰਾਲੀਆਂ ਸਾਰੀਆਂ ਚੀਜ਼ਾਂ ਇੱਧਰ ਰੱਖੀਆਂ ਨੇ ਇਹਨਾਂ ਨੇ। ਅਤੇ ਇੱਧਰ ਕਮਰੇ ਦੇ ਵਿੱਚ ਦਾਣੇ ਹੀ ਦਾਣੇ ਜੇ। ਇੱਧਰ ਮੈਂ ਜਵਾਨਾਂ ਨੂੰ ਆਖਿਆ, ਮੈਂ ਕਿਹਾ ਤੋਲੋ ਜ਼ਰਾ ਪੂਰੇ ਭਾਰ ਨਾਲ ਲੁੱਦੀ ਆ ਉਹ ਥੈਲੇ 'ਚ, ਜਿਹੜੇ ਬਾਹਰਲੇ ਥੈਲੇ ਨੇ ਉਤਲਾ ਥੈਲੇ ਕੰਡੇ ਵਾਲਾ ਰਹਿਣ ਦਿਓ ਨਾ, ਬਾਕੀ 'ਚ ਪਾਓ ਇੱਕ ਵਾਰੀ। ਤੁਹਾਨੂੰ ਇੱਕੋ ਹੀ ਤਾਂ ਕੰਮ ਹੈ, ਅੱਗੇ ਬੜੀਆਂ ਛੁੱਟੀਆਂ ਹੋ ਗਈਆਂ ਯਾਰ, ਮਹੀਨਾ ਪੂਰਾ ਛੁੱਟੀਆਂ ਦਾ ਨਿਕਲ ਗਿਆ। ਦੋਵਾਂ ਸਾਡਾ ਥੈਲਾ ਫੜ ਕੇ ਥੈਲਾ ਵਿੱਚ ਨੰਘਾ ਲਿਆ ਕਰੋ।
ਚਲੋ ਸ਼ਾਬਾਸ਼ ਸ਼ਾਬਾ ਦਾਣੇ ਵੀ ਪੂਰੇ ਹੋ ਗਏ ਨੇ ਅਤੇ ਇੱਧਰ ਮੰਮੀ ਸ਼ਬੀਰ ਦੇ ਬੇਟੇ ਨੂੰ ਆ ਕੇ ਸੀ ਰਿਕਸ਼ਾ ਲਿਆ ਯਾਰ, ਉਹ ਵੀ ਰਿਕਸ਼ਾ ਲੈ ਕੇ ਆ ਗਿਆ। ਚੱਲ ਆ ਟਾਪਾ ਇੱਧਰ ਚੈੱਕ ਕਰੋ, ਮਾਸ਼ਾਅੱਲਾ ਘੋੜੀ ਵੀ ਰੱਖੀ ਸੀ ਇਹਨਾਂ ਨੇ। ਹਸਨੂੰ ਜਾ ਇਹਦਾ ਲਾ ਕੇ ਫੜ, ਇਹਦਾ ਮੂੰਹ ਤੂੰ ਜਾ ਕੇ ਫੜ। ਕੋਈ ਨਹੀਂ ਤੂੰ ਖਲੋਤਾ ਨਹੀਂ ਫਿਰ, ਪਰ ਜਾ ਨਾ ਇੱਧਰ ਨਹੀਂ ਲੰਘਣਾ, ਲੱਤ ਨਾ ਮਾਰ ਦੇ ਉੱਤੋਂ ਜਾ, ਹਮੇ ਫਿਰ ਆਪੇ ਪਤਾ ਲੱਗ ਜਾਏਗਾ ਮਾਰਦੀ ਕਿ ਨਹੀਂ। ਹਸਨੂੰ ਨੂੰ ਪੈ ਗਈ ਆ ਮਾਰਦੀ ਏ ਰੱਸੀ ਚੰਗੀ ਲੰਮੀ ਉਹਨਾਂ ਨੇ ਪਾਈ। ਲਓ ਜੀ ਸ਼ੇਰਾ ਬਿਸਮਿਲਾ ਪੜ ਕੇ ਲਾਓ। ਚਲੋ ਜੀ ਭਾਈ ਜਾਨ ਲਾਇਓ ਆਪਣਾ ਰਿਕਸ਼ਾ ਵਾਪਸ, ਲੈ 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 ਲੈ। ਭੜੋਲਾ ਸਾਡਾ ਪੰਜਾਬ ਮਾਣ ਦਾ ਤੇ ਵਿੱਚ ਜਿਹੜੇ ਨੌ ਮਾਣ ਇਹ ਪਏ ਉਹਨਾਂ ਅੱਗੇ ਦੇ ਕੰਮ ਇੱਥੇ ਕਰ ਰਹੇ ਹੈ, ਫਿਰ ਜਿਹੜੇ 10-15 ਮਾਣ ਹੋ ਰਹੇ। ਸ਼ੇਰੀ ਭਾਈ ਗਿਆ ਹੋਇਆ ਸੀ ਸ਼ੇਰ ਦਾ ਉੱਧਰ ਖੇਡਣ, ਹੁਣ ਆਇਆ ਜੀ ਥੋੜ੍ਹੀ ਦੇਰ ਹੋਈ ਹੈ। ਸ਼ੇਰ ਓਏ ਸ਼ੇਰ, ਸ਼ੇਰ ਤਾਂ ਕਿੱਥੇ ਸੈ, ਇੱਧਰ ਦੇਖੀ ਸ਼ੇਰ। ਜ਼ੈਨਬ ਸ਼ੇਰ ਤਾਂ ਕਿੱਥੇ ਸੈ ਪੁੱਤਰ, ਹੈਂ ਤੈਨੂੰ ਨਹੀਂ ਪਤਾ ਵੀ ਘਰ ਆਉਣਾ ਸੀ। ਹਾਂਜੀ ਓ ਮਾਸ਼ਾਅੱਲਾ ਵੱਡੀ ਸਾਰੀ ਹੋ ਗਈ, ਹੁਣ ਤਾਂ ਨਸੀ ਭਾਜੀ ਫਿਰਦੀ। ਚਲੋ 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 ਦਾਣੇ ਲਿਆ ਕੇ ਘਰ ਆਣ ਕੇ ਗਏ ਸਾਂ ਜੀ, ਸੋ ਮੋਬਾਈਲ ਲਾਤਾ ਸੀ ਚਾਰੇ ਤੇ, ਹੁਣ ਟਾਈਮ ਹੋ ਗਿਆ ਜੀ ਧਾਰ ਕੱਢਣ ਦਾ। ਚਲੋ ਜੀ ਹੁਣ ਚੱਲ ਕੇ ਧਾਰ ਕੱਢਣੇ ਆ। ਧਾਰ ਕੱਢ ਕੇ ਘਰ ਆ ਗਿਆ ਜੀ, ਸ਼ੇਰੂ ਪੁੱਤਰ ਬੂਹੇ ਕੇ ਖੁਲਦਾ ਜੀ, ਕਹਿੰਦਾ ਪਾਪਾ ਮੈਨੂੰ ਚੁੱਕ। ਤੇ ਚਲੋ ਜੀ ਹੁਣ ਇਹਦੇ ਨਾਲ ਹੀ ਕਰਨੇ ਆ ਜੀ ਅੱਜ ਦਾ ਵਲੋਗ ਦਾ ਐਂਡ। ਉਮੀਦ ਕਰਨਾ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ, ਪਸੰਦ ਆਇਆ ਤਾਂ ਲਾਈਕ ਕਰੇ,
शेयर करें और हमारे दुल्ला भाई चैनल को जरूर सब्सक्राइब कीजिएगा। मिलते हैं अगली वीडियो में, दुआ में याद रखिएगा। तब तक के लिए अल्लाह हाफिज। जन्म कर अल्लाह हाफिज करी अबू।